ਅੱਛਾ ਤੁਹਾਨੂੰ ਇੱਕ ਗੱਲ ਵੀ ਦੱਸਣੀ ਸੀਗੀ, ਦੱਸੀ ਗੱਡੀ ਇੱਕ ਵਾਰ ਹੋਰ ਧਵਾਉਣੀ ਪਊਗੀ, ਕੱਲ ਫੇਰ ਮਿੱਟੀ ਚੜ ਗਈ ਡੈਡੀ ਉਧਰ ਦੀ ਆਇਆ, ਮੰਮੀ ਲਿਫਟ ਵਿਚ ਦੀ ਆਇਆ, ਮੰਮੀ ਕਹਿੰਦੇ ਤੁਸੀਂ ਵੀ ਲਿਫਟ ਵਿਚ ਦਿਆ ਕਰੋ, ਰਿਸਕ ਨਾ ਲਿਆ ਕਰੋ। ਗ੍ਰੋਸਰੀ ਵਗੈਰਾ ਕਰਨ ਆਇਆ ਡੈਡੀ ਨੂੰ ਸ਼ੂਗਰ ਆ, ਡੈਡੀ ਦਾ ਬੰਦਾ ਲਾਹੌਰੀ ਜੀ ਰਿਹਾ, ਡੈਡੀ ਕਹਿੰਦਾ ਆਏਗਾ ਇਹਨੂੰ ਸਹੀ ਆ, ਆਪਣੇ ਲਈ ਲੈ ਰਹੇ ਇੰਡਾਇਰੈਕਟਲੀ, ਨਹੀਂ ਨਹੀਂ ਇਹ ਤਾਂ ਲੋੜ ਹੀ ਨੀ ਜੀ, ਅਸੀਂ ਨਹੀਂ ਨਹੀਂ ਸਾਰ ਲਾਂਗੇ ਜੀ, ਅਸੀਂ ਫਾਈਬਰ ਵਾਲੇ ਨਹੀਂ, ਜਿਹੜੀ ਵਧੀਆ ਨਹੀਂ ਹੁੰਦੇ ਉਦਾਂ ਹੀ ਲਿਖ ਦਿੰਦੇ, ਡਾਈਜੈਸਟਿਵ ਲਈ ਚੰਗੀ ਹੈ ਤਾਂ ਬੜੇ ਮਾੜੇ ਹੁੰਦੇ ਨੇ ਬਿਸਕੁਟ ਬਸਕੁਟ ਜੀ, ਉਹ ਲੈ ਲੈਂਦੇ ਕਿਤੇ ਜੋ ਤੂੰ ਕੀ ਕਰਨਾ ਕਰ ਬੰਦੇ ਨੂੰ, ਖੁੱਲੀ ਪਈ ਸੀ ਮੈਂ ਦੇਖ ਰਿਹਾ ਇੱਕ ਤਾਂ ਬਾਹਰ ਹੀ ਆ ਗਈ ਖਾਲੀ, ਤੇਰੇ ਵਰਗੇ ਲਾਲਾ ਛੱਡ ਕੇ ਜਾਂਦੇ ਨੇ ਇਹਨਾਂ ਨੂੰ, ਆਹ ਫੜ ਬੋਡੀ ਵਾਸ਼ ਸ਼ੈਂਪੂ ਤਾਂ ਪਿਆ ਕਰੇ, ਲੱਤ ਲਈ ਟਰਾਲੀ ਪੂਰੀ ਸਟਿਲ ਗੋਇੰਗ ਔਨ, ਇੰਡੀਆ ਜਾ ਕੇ ਕਿਹਨੂੰ ਕੋਲ ਨਾਈਟ ਸੂਟ ਮੁੱਕ ਜਾਂਦੇ ਆ ਹਨਾ, ਸੇਮ ਸੇਮ ਲੈ ਰਹੇ ਜਿਵੇਂ ਵਿਆਹ 'ਚ ਸੂਟ ਪਾ ਕੇ ਜਾਣਾ ਹੁੰਦਾ, ਮੈਂ ਕਿਹਾ ਤਾਂ ਨਾਈਟ ਸੂਟ। ਗੱਡੀਆਂ ਲੈ ਕੇ ਹੁਣ ਅਸੀਂ ਪਹੁੰਚ ਗਏ ਮੈਕਡੋਨਲਡਸ, ਕੀ ਖਾਣਾ ਬਰਗਰ ਖਾਣੇ, ਮੈਨੇ ਕਰਾਏ ਨੇ 2 ਸਪਾਈਸੀ ਬਰਗਰ, ਬਾਕੀ ਸਾਰਿਆਂ ਦੇ ਇੱਕ ਇੱਕ ਬਰਗਰ ਆ, ਮੇਰੇ ਨੇ 2। ਸਮਾਨ ਤਾਂ ਆਉਣਾ ਨਹੀਂ ਆਪਣਾ, ਕਿੱਧਰ ਰੱਖਾਂਗੇ, ਫਾਰ ਦਾ ਹੀ ਪੰਗਾ, ਸਮਾਨ ਉਹ ਟਰਾਲੀ ਭਰੀ ਹੋਈ ਆ, ਗੋਦੀਆਂ 'ਚ ਰੱਖ ਲਿਓ ਜੀ ਅੱਧਾ ਸਮਾਨ, ਹਾਂ ਗੋਦੀ ਰੱਖਣਾ ਪਊਗਾ। ਅੱਜ ਤੁਹਾਨੂੰ ਇੱਕ ਗੱਲ ਵੀ ਦੱਸਣੀ ਸੀਗੀ, ਹਾਂ ਦੱਸੀਏ, ਦੱਸੀ ਹੋ ਗਿਆ, ਦੱਸੀ ਦੱਸੋ, ਕੋਈ ਜਗ੍ਹਾ ਤੋਂ ਹੋਈ ਜਾਂਦੀ ਹੋਈ, ਐਡੀ ਗੱਲ ਵੀ ਨਹੀਂ ਹੈਗੀ, ਦੱਸ ਦੇ ਕਿਹਨੂੰ ਗੱਲ ਦੱਸ ਦੇ, ਕਰੇਜ ਹੈ ਨਾ ਪਹਿਲਾਂ ਉਹੀ ਵਾਲੀ, ਨਹੀਂ ਦੱਸਣੀ ਨੀ, ਅਸੀਂ ਵੀ 12 ਦਿਨਾਂ ਲਈ ਆਏ ਆ ਇੰਡੀਆ, ਪੱਕੇ ਨੀ ਆਏ, 12 ਦਿਨ ਲਈ ਆਏ ਸੀ। ਬਾਕੀ ਬਾਨੂ ਜੀ ਨੇ ਵੀ ਨੀ ਪਤਾ ਜਾਣਾ ਕਿ ਨਹੀਂ ਜਾਣਾ, ਕਿਉਂਕਿ ਨਾ ਸਾਡਾ ਉਰਿਆ ਕੇ ਦਿਲ ਲੱਗ ਜਾਂਦਾ, ਬਟ ਫਿਲਹਾਲ ਅਸੀਂ 12 ਦਿਨਾਂ ਲਈ ਕਰਦਿਆਂ ਦਾ ਰਿਐਕਸ਼ਨ ਅਸੀਂ ਖੁਦ ਵੀ ਦੇਖਣਾ ਸੀਗਾ ਵੀ ਇਨ ਕੇਸ ਜੇ ਸਾਨੂੰ ਪੱਕਾ ਆਉਣਾ ਪਿਆ ਕਿ ਦੋਈ ਨਾ ਗਾਣਾ ਗੁਣਾ ਕਰਦੇ, ਨਹੀਂ ਨਹੀਂ ਐਵੇਂ ਤਾਂ ਨਹੀਂ ਕਰਦੇ ਵੈਸੇ, ਸੀਗਾ ਤਾਂ ਮੈਂ ਨਹੀਂ
ਨਾਲੇ ਕਹਿੰਦੇ ਜਾਓ ਨਾਲੇ ਰਹਿ ਨਹੀਂ ਦਿੰਦੇ ਨਾਲੇ ਰੋਈ ਜਾਂਦੇ ਨਹੀਂ ਉਹ ਤਾਂ ਹੁੰਦਾ ਹਜੇ ਵੀ ਅਸੀਂ ਨਾ ਸਸ਼ਪੰਚ ਹੈਗੇ ਆ ਕਿ ਅਸੀਂ ਕੀ ਕਰੀਏ ਸੋ ਹਜੇ ਅਸੀਂ 1 ਵੀ ਟਿਕਟ ਕਰਾ ਕੇ ਆਏ ਵੈਸੇ ਤਾਂ ਮੰਮਾ ਨਿਕਲ ਜਾ ਭਰਾ ਪਰ ਨਹੀਂ ਹਜੇ ਵੀ ਅਸੀਂ ਸੋਚ ਰਹੇ ਆ ਕਿ ਅਸੀਂ ਆ ਸਕਦੇ ਆ ਮੰਮੀ ਇਹਨਾਂ ਨੂੰ ਤਾਂ ਐਸੀ ਵੀ ਕੋਈ ਜਵਾਕ ਵਗੈਰਾ ਦੀ ਗੁੱਡ ਨਿਊਜ਼ ਦੇਣਗੇ ਹੋਰ ਪੁੱਛਲਾ ਇਵੇਂ ਅੱਖਾਂ ਇੰਨੀ ਚਮਕ ਆਈ ਪਰ ਸਾਡਾ ਪਤਾ ਕੋਈ ਨੀ ਗਾ ਅਸੀਂ ਹਜੇ ਸੋਚਦੇ ਆ ਅਸੀਂ ਕੀ ਕਰੀਏ ਚੱਲ ਕੋਈ ਨੀ ਤੁਸੀਂ ਪਤਾ ਕਿ ਰਿਲੈਕਸ ਰਹੋ ਮਾਈਂਡ ਹੋਇਆ ਪਿਆ ਅਸੀਂ ਇੱਕ ਗੱਲ ਹੋਰ ਕਲੀਅਰ ਕਰਨਾ ਚਾਹਣਾ ਜਿਵੇਂ ਕਈ ਕਮੈਂਟਸ ਆ ਜਾਂਦੇ ਨਾ ਵੀ ਤੁਸੀਂ ਕਦੇ ਆ ਜਾਂਦੇ ਹੋ ਕਦੇ ਚਲ ਜਾਂਦੇ ਹੋ ਇਹ ਜੇ ਤੁਹਾਡੇ ਕੋਲ ਇਹ ਆਪਸ਼ਨ ਹੋਵੇ ਨਾ ਤੁਸੀਂ ਵੀ ਕਦੇ ਆਵੋ ਕਦੇ ਆਪਣੇ ਪੇਰੈਂਟਸ ਨੂੰ ਮਿਲੋ ਫਰੈਂਡਸ ਨੂੰ ਮਿਲੋ ਫੇਰ ਕਦੇ ਜਾਵੋ ਹਨਾ ਅਸੀਂ ਬਲੈਸਡ ਫੀਲ ਅਸੀਂ ਬਲੈਸ ਬਹੁਤ ਜ਼ਿਆਦਾ ਬਲੈਸਡ ਆ ਵੀ ਸਾਡਾ ਕੰਮ ਹੀ ਇਦਾਂ ਦਾ ਵੀ ਅਸੀਂ ਉੱਥੇ ਰਹਿ ਕੇ ਵੀ ਕਰ ਸਕਦੇ ਹੋਰੇ ਰਹਿ ਕੇ ਵੀ ਕਰ ਸਕਦੇ ਤੇ ਸਾਰਾ ਕੁਝ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਆ ਹਾਂ ਸਾਰੇ ਇੰਨੇ ਪਿਆਰ ਕਰਦੇ ਆ ਤੁਹਾਡੇ ਕਰਕੇ ਹੀ ਹਨਾ ਅਸੀਂ ਹੈਗੇ ਆ ਤੇ ਤੁਹਾਡੇ ਕਰਕੇ ਸਾਡੀ ਇੰਨੀ ਬਲੈਸਡ ਲਾਈਫ ਆ ਤੇ ਇਹ ਵੀ ਇੱਕ ਪੁਆਇੰਟ ਆ ਬਟ ਜਿਹੜੇ ਕਹਿੰਦੇ ਆ ਨਾ ਕਿ ਤੁਸੀਂ ਹਰ ਤੀਜੇ ਦਿਨ ਆ ਜਾਂਦੇ ਹੋ ਬਈ ਕਿਉਂ ਨਾ ਆਈਏ ਇੱਥੇ ਹੀ ਸਾਡਾ ਘਰ ਆ ਸਾਡੀ ਫੈਮਿਲੀ ਆ ਅਸੀਂ ਦੂਜੇ ਦਿਨ ਆਈਏ ਪਹਿਲੇ ਦਿਨ ਆਈਏ ਤੀਜੇ ਦਿਨ ਆਈਏ ਹਨਾ ਇਹ ਸਾਡੀ ਵਿਸ਼ ਹੋਣੀ ਚਾਹੀਦੀ ਆ ਹੁਣ ਇੱਕ ਕੁੜੀ ਨੂੰ ਕੋਈ ਕਵੇ ਹਨਾ ਵੀ ਤੂੰ ਪੇਕੇ ਨਾ ਆਈ ਉਹਨੂੰ ਕਿੰਨਾ ਦੁੱਖ ਲੱਗੂਗਾ ਬਈ ਤੁਸੀਂ ਸਾਡਾ ਨਾ ਇਹੀ ਕਰਦੇ ਹੋ ਹਨਾ ਵੀ ਇਹ ਸਾਡੀ ਫੈਮਿਲੀ ਆ ਸਾਡੇ ਪੇਰੈਂਟਸ ਉਰੇ ਰਹਿੰਦੇ ਆ ਹਨਾ ਸਾਡੀ ਇੱਕ ਫੈਮਿਲੀ ਇੱਧਰ ਆ ਇੱਕ ਉੱਧਰ ਆ ਨਾ ਅਸੀਂ ਉਹ ਫੈਮਿਲੀ ਨੂੰ ਛੱਡ ਸਕਦੇ ਨਾ ਇਹ ਫੈਮਿਲੀ ਨੂੰ ਛੱਡ ਸਕਦੇ ਆ ਸਾਡਾ ਕਦੇ ਸਾਡਾ ਦਿਮਾਗ ਜਿਆਦਾ ਉਹ ਜੇ ਸਾਡੀ ਨਾ ਤੁਸੀਂ ਵੀ ਸਾਰੇ ਫੈਮਿਲੀ ਹੋ ਜਿਹੜੇ ਤੁਸੀਂ ਪਿਆਰ ਕਰਦੇ ਆ ਸਾਰੇ ਫੈਮਿਲੀ ਆ ਅਸੀਂ ਆਪੇ ਅਸੀਂ ਖੁਦ ਹੀ ਇੰਨਾ ਫਸ ਗਏ ਹਨਾ ਸਾਨੂੰ ਸਾਡੀ ਉੱਥੇ ਵੀ ਜੁਆਇੰਟ ਫੈਮਿਲੀ ਵਾਂਗੂ ਆ ਉਰੇ ਵੀ ਪੇਰੈਂਟਸ ਹੈਗੇ ਨੇ ਸਾਡੇ ਹਨਾ ਸਾਡਾ ਕਦੇ ਉੱਥੇ ਜਾਣ ਨੂੰ ਦਿਲ ਕਰਦਾ ਕਦੇ ਉਰੇ ਆਉਣ ਨੂੰ ਦਿਲ ਕਰਦਾ ਜੇ ਉਰੇ ਆ ਜਾਂਦੇ ਲੌਂਗ ਟਰਮ ਲਈ ਸਾਡੀ ਪਿੱਛੇ ਹਨਾ ਫਰੈਂਡ ਜਿਵੇਂ ਹਨਾ ਹੋਮੀਸ ਵੱਲ ਖਿੱਚ ਪੈਂਦੀ ਹੈ ਹਨਾ ਵੀ ਉੱਥੇ ਜਾਈਏ ਉੱਥੇ ਲੌਂਗ ਟਰਮ ਰਹਿ ਜਾਂਦੇ ਫਿਰ ਐ ਹੁੰਦਾ ਪੇਰੈਂਟਸ ਵੱਲ ਫੈਮਿਲੀ ਵੱਲ ਖਿੱਚ ਪੈ ਜਾਂਦੀ ਹੈ ਨਾ ਵੀ ਉੱਥੇ ਜਾਈਏ ਜੇ ਸਾਡੀ ਉਧਰ ਫੈਮਿਲੀ ਨਾ ਹੁੰਦੀ ਜਿਵੇਂ ਹੁਣ ਸਾਡਾ ਸਾਰਿਆਂ ਦਾ ਇੰਨਾ ਵਧੀਆ ਬੌਂਡ ਬਣਿਆ ਹੋਇਆ ਉਧਰ ਹਨਾ ਤੇ ਨਾ ਹੁੰਦਾ ਫਿਰ ਅਸੀਂ ਡੈਫੀਨਿਟਲੀ ਕੋਈ ਚੱਕਰ ਹੀ ਨਹੀਂ ਸੀ ਮਾਈਂਡ 'ਚ ਅਸੀਂ ਉਰੇ ਰਹਿੰਦੇ ਹੁਣ ਅਸੀਂ ਤਾਂ ਹੀ ਜ਼ਿਆਦਾ 50-50 ਆ ਮਾਈਂਡ ਦੇ ਵਿੱਚ ਇੱਧਰ ਹੀ ਉੱਧਰ ਹੀ ਆ ਹੁਣ ਕੱਲ ਹੀ ਹਜੇ ਅਸੀਂ ਪਰਸੋਂ ਆਏ ਆ ਕੱਲ ਸਮਤਾ ਦਾ ਫੋਨ ਵੀ ਆ ਗਿਆ ਵੀ ਜੀ ਨਹੀਂ ਲੱਗ ਰਿਹਾ ਛੇਤੀ ਆ ਜਾਓ ਜਦੋਂ ਜ਼ਿਆਦਾ ਟਾਈਮ ਲਾ ਦੇਣ ਸਾਡਾ ਵੀ ਜੀ ਨਹੀਂ ਲੱਗਦਾ ਆ ਵਧੀਆ ਲੱਗਦਾ ਵੀ ਮਹੀਨੇ ਕੁ ਬਾਅਦ ਗੇੜਾ ਵਧੀਆ ਲੱਗਦਾ ਹੋਰ ਮੇਰਾ ਆਪ ਨਹੀਂ ਲੱਗਦਾ ਜਿਵੇਂ ਹੁਣ ਹਾਂ 2 ਦਿਨ ਪਹਿਲਾਂ ਕ੍ਰਿਸ਼ਨ ਨੇ ਇੰਨਾ ਰੋ ਕੇ ਕ੍ਰਿਸਟਲ ਲਿਟਰਲੀ ਰੋਣ ਲੱਗ ਜਾਂਦਾ ਹਾਂ ਤੇ ਦੂਜੀ ਗੱਲ ਇਦਾਂ ਨਾ ਜਿਵੇਂ ਹੁਣ ਅੱਜ ਮੰਮੀ ਡੈਡੀ ਆਏ ਨੇ ਸਾਡੇ ਨਾਲ ਹੁਣ ਤੁਸੀਂ ਇਹਨਾਂ ਤੋਂ ਜੋ ਪੁੱਛੋਗੇ ਨਾ ਜਿਸ ਦਿਨ ਦੇ ਅਸੀਂ ਗਏ ਆ ਇਹ ਇਦਾਂ ਘੁੰਮੇ ਹੀ ਨਹੀਂ ਹੈਗੇ ਪਰ ਉਧਰ ਬੱਚੇ ਵੀ ਜਮਾ ਹੀ ਡੰਪ ਹੋ ਜਾਂਦੀ ਹੈ ਬੱਚਿਆਂ ਨਾਲ ਹੀ ਲਾਈਫ ਹੈ ਸਾਡੀ ਤਾਂ ਲਾਈਫ ਨਹੀਂ ਸਾਨੂੰ ਤਾਂ ਮਤਲਬ ਤੁਹਾਡੇ ਆਉਣ ਤੇ ਇਹ ਨਹੀਂ ਹੈਗਾ ਕੋਈ ਇਹ ਜ਼ਰੂਰ ਹੈ ਵੀ ਅਸੀਂ ਬੱਚਿਆਂ ਨੂੰ ਕਹਿ ਦਿੰਦੇ ਹਾਂ ਵੀ ਭਾਈ ਆਪਣੇ ਉਹ ਦੇ ਤੇ ਚੱਲਿਓ ਫਿਊਚਰ ਦੇਖੋ ਆਫ ਕੋਰਸ ਪੇਰੈਂਟਸ ਨੂੰ ਹੁੰਦਾ ਵੀ ਕਿਉਂਕਿ ਇਹਨਾਂ ਨੂੰ ਉਹਦਾ ਇੰਨਾ ਨਹੀਂ ਸਾਡੀ ਲਾਈਫ ਬੱਚਿਆਂ ਨਾਲ ਹੀ ਹੈ ਵੀ ਬੱਚੇ ਇੰਨੇ ਐਕਸਾਈਟਡ ਹੋ ਜਾਂਦੇ ਨੇ ਵੀ ਹੁਣ ਅਸੀਂ ਘੁੰਮ ਕਰਾਂਗੇ ਹਾਂ ਵਧੀਆ ਲੋ ਸਾਰੇ ਫਨ ਕਰਦੇ ਆ ਉਸ ਦਿਨ ਨਾ ਮੈਂ ਸਟੂਡੀਓ ਤੇ ਇਕੱਲੇ ਹੀ ਆ ਕੇ ਪੈਂਟਾ ਲੈ ਗਿਆ ਸੀ ਉਹਨੂੰ ਘਰੇ ਆ ਕੇ ਕਹਿੰਦੀ ਕਿ ਮੈਨੂੰ ਨਹੀਂ ਲੈ ਕੇ ਗਏ ਸਟੂਡੀਓ ਤੋ ਅੱਜ ਕਿਨੂੰ ਕਹਿੰਦੀ ਮੈਂ ਵੀ ਦੇਖਾਂ ਤੁਸੀਂ ਸਟੂਡੀਓ ਤੋਂ ਸਮਾਨ ਜਾ ਇਹ ਕਹਿੰਦੀ ਮੈਂ ਵੀ ਜਾਣਾ ਬਟ ਉਹਦੀ ਆ ਪੈਂਟ ਅੱਜ ਵੀ ਪਈ ਹੋਈ ਮੈਨੂੰ ਬਲੈਕ 1000 ਰੁਪਏ ਦੀ ਸਿਰਫ
ਅੱਜ ਮੈਂ ਕਹਿਣਾ ਇੱਕ ਅੱਧੀ ਹੋਰ ਲੈ ਲੈਣੀ ਆ ਹਜ਼ਾਰ ਵਾਲੀ। ਅੱਛਾ ਸਹੀ ਆ ਉਸਤਾਦ, ਉੱਥੇ 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 ਹਿਸਾਬ ਨਾਲ ਉੱਥੇ 8,000 ਦੀ ਮਿਲਦੀ ਹੈ ਜੀ ਪੈਂਟ, 8-9,000 ਦੀ ਪੈਂਟ। ਇੱਥੇ 8 ਆ ਜਾਣੀਆਂ ਨੇ, ਇੱਥੇ 8 ਆ ਜਾਣੀਆਂ ਨੇ, ਸਹੀ ਗੱਲ ਉਹੀ ਲੈ ਲਾਂਗੇ। ਇੱਧਰੋਂ ਵੀ ਨਾਈਟ ਸੂਟ ਲੈ ਕੇ ਆਈ ਆ, ਹੁਣ ਵੀਡੀਓ ਦੀ ਵੀ ਜਾ ਕੇ ਨਾਈਟ ਸੂਟ ਦੇ ਚੱਕਿਆ। ਆਪਾਂ ਇੱਕ ਪੈਂਟ ਹੋਰ ਲੈ ਲਈ ਹੋਈ ਜੀ, ਫਿਰ ਬਾਅਦ ਟਾਈਮ 'ਤੇ ਮਿਲਦੀ ਨਹੀਂ ਗੀ, ਆਸਟ੍ਰੇਲੀਆ ਜਾ ਕੇ ਬੜੀਆਂ ਮਹਿੰਗੀਆਂ ਪੈਂਦੀਆਂ ਨੇ, ਉਹ ਸਹੀ ਆ। ਇੱਕ ਮੈਨੂੰ ਆਹ ਸ਼ਰਟ ਲੱਗ ਰਿਹਾ, ਕ੍ਰਿਸ਼ ਵੀ ਆਹੀ ਲੈ ਰਿਹਾ ਸੀ, ਮੈਂ ਵੀ ਇਹੀ ਦਿੱਤੀਆਂ ਸੀ। ਹਾਂ ਮੈਂ ਪੈਂਟ ਲੈ ਲਈ ਕਿਉਂਕਿ ਉਹਦੇ ਜੰਮ ਡਿੱਗੀ ਸੀ ਨਾ ਉੱਥੇ। ਹਾਂਜੀ ਸਸੂਮਾ ਚੱਲੇ, ਸਸੂਮਾ ਵੀ ਔਖੀ ਨਿਕਲਦੇ ਆ। ਲਓ ਜੀ ਗਾਇਸ, ਵੀਡੀਓ ਤੋਂ ਹੋ ਗਈ ਸ਼ਾਪਿੰਗ ਡਨ। ਇਹ ਸਾਰਾ ਸਮਾਨ 8,500 ਦਾ ਆਇਆ ਕਿਨੂੰ ਕਿਨੂੰ ਉੱਥੇ ਕਿਨੂੰ ਉੱਥੇ ਇੱਕ ਚੀਜ਼ 8,500 ਦੀ ਆਉਂਦੀ ਆ, ਉਰੇ ਇੰਨਾ ਸਾਰਾ ਸਮਾਨ ਆਇਆ ਗਿਆ 8,500 ਦਾ। ਕਾਲਾ ਪਾਣੀ ਮੇਰੇ ਵੀਰੇ, ਹਾਈਡਰੇਸ਼ਨ ਲਈ ਵਧੀਆ ਅਲਕਲਾਈਨ ਵਾਟਰ ਹੈ। ਦੇਖਾਂ ਮੈਂ ਟੇਸਟ, ਮੈਂ ਪਹਿਲੀ ਵਾਰ ਕਰ ਰਿਹਾ ਅਲਕਲਾਈਨ ਵਾਟਰ। ਲੈਟਸ ਸੀ ਟੇਸਟ, ਤਾਂ ਪਾਣੀ ਵਰਗੀ ਆ, ਫਰਕ ਤਾਂ ਨਹੀਂ ਹੈਗਾ ਕੋਈ। ਅੱਜ ਕਿਵੇਂ ਲੱਗ ਰਿਹਾ? ਉਹਦਾ ਹੀ ਰੰਗ ਹੀ ਕਾਲਾ ਜਿਹਾ ਲੱਗਦਾ। ਤੇ ਡੈਡੀ ਉਹਨਾਂ ਨੇ ਛੱਕਤੇ ਗੋਲ ਗੱਪੇ ਆ ਗਏ, ਹਨੀ ਚਿੱਲੀ ਕੋਲੀਫਲਾਵਰ। ਗਿੰਨੂ ਕਹਿੰਦੀ ਮੈਂ ਕੁਛ ਨਹੀਂ ਖਾਣਾ, ਐਲਰਜੀ ਫਿਰਦੀ ਆ ਮੈਕਡੋਨਲਡਸ ਦੀ। ਗਾਇਸ, ਕ੍ਰਿਸ਼ ਦਾ ਬਰਥਡੇ ਆ ਹੁਣ ਮਿਡਨਾਈਟ, ਤੇ ਮੈਂ ਤੇ ਗਿੰਨੂ ਚੱਲੇ ਆ ਉਹਨੂੰ ਸਰਪ੍ਰਾਈਜ਼ ਦੇਣ, ਤੇ ਸਰਪ੍ਰਾਈਜ਼ ਉਹਨੂੰ ਇਹੋ ਜਿਹਾ ਮਿਲਣਾ ਜਿਹੋ ਜਿਹਾ ਕਦੇ ਮਿਲਿਆ ਨਹੀਂ। ਹੁਣ ਉਹਨੂੰ ਪੂਰਾ ਝੱਗ ਨਾਲ ਭਰ ਦੇਣਾ, ਝੱਗ ਦੀਆਂ 3 ਡੱਬੀਆਂ ਲੈਣੀਆਂ, ਆਹ ਤਾਂ ਰੀਬਨ ਜੇ ਨੇ ਆ, 2 ਝੱਗ। ਝੱਗ ਨਹੀਂ ਪਾਉਣੀ, ਝੱਗ ਨਹੀਂ ਪਾਉਣੀ, ਝੱਗ ਪਊਗੀ, ਝੱਗ ਦਾ ਪਊ ਬ੍ਰੋ। ਹੈਪੀ ਬਰਥਡੇ ਬ੍ਰੋ, ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ। ਕ੍ਰਿਸ਼ ਦਾ ਹੋ ਰਿਹਾ ਹੈ ਮਿਡ ਨਾਈਟ ਸੈਲੀਬ੍ਰੇਸ਼ਨ, ਤੇ ਵੀਰਾ ਵੀ ਬਾਹਰ ਹੀ ਖੜਾ ਸੀਗਾ, ਕ੍ਰਿਸ਼ ਦਾ ਫਰੈਂਡ, ਬੈਸਟ ਫਰੈਂਡ ਆ ਤੇਰਾ। ਹਾਂਜੀ, ਦੋ ਦੋ ਕੇਕ ਹੈ, ਮਿਲ ਗਿਆ ਸਰਪ੍ਰਾਈਜ਼, ਮਿਡ ਨਾਈਟ ਸਰਪ੍ਰਾਈਜ਼ ਮਿਲ ਗਿਆ, ਅਜੇ ਤਾਂ ਮਿਲੂ ਤੈਨੂੰ, ਦਿੰਦੇ ਤੈਨੂੰ ਸਰਪ੍ਰਾਈਜ਼, ਖੜ ਜਾ ਬਸ 2 ਮਿੰਟ। ਥੈਂਕ ਯੂ, ਥੈਂਕ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ, ਹੈਪੀ ਬਰਥਡੇ ਟੂ ਕ੍ਰਿਸ਼, ਹੈਪੀ ਬਰਥਡੇ ਡੀਅਰ ਕ੍ਰਿਸ਼, happy birthday to you. ਓਹ ਹੋ, ਵਿਚਾਰਾ ਭਰਤਾ, ਹਾਂ ਵਿਚਾਰਾ ਭਰਤਾ, ਚੰਗੀ ਤਰ੍ਹਾਂ ਤਾਂ ਕਰਦੀ ਥੱਲੇ ਤੱਕ ਤੈਨੂੰ ਸੈਂਟਰ। ਓਹ ਹੋ, ਓ ਇੰਦਰ, ਹੈਪੀ ਬਰਥਡੇ ਕ੍ਰਿਸ਼, ਥੈਂਕ ਯੂ। ਖਵਾਇਆ ਨਾ ਪਿਆਇਆ, ਹੈਪੀ ਬਰਥਡੇ, ਥੈਂਕ ਯੂ, ਥੈਂਕ ਗੋਡ ਗਰਮੀ ਆ, ਹੈਪੀ ਬਰਥਡੇ, ਥੈਂਕ ਯੂ। ਕੈਸਾ ਲੱਗਾ ਸਰਪ੍ਰਾਈਜ਼? ਬਹੁਤ ਵਧੀਆ, ਅਸੀਂ ਸਿਰਫ 12 ਦਿਨਾਂ ਲਈ ਆਏ ਸੀ, ਪੱਕੇ ਨਹੀਂ ਆਏ ਸੀ। ਹਾਂ, ਇਹ ਤਾਂ ਕੰਮ ਸੀ ਸਾਨੂੰ, ਤਾਂ ਅਸੀਂ ਤਾਂ ਆਏ ਸੀ, ਪ੍ਰਮੋਸ਼ਨ ਜੀ ਸੀ। ਫਿਰ ਹੁਣ ਉਹਦਾ ਵਧਾ ਲਓ, ਹੁਣ ਆ
ਫਿਰ ਸਿਟੀ ਨਹੀਂ ਹੋਣੀ, ਅਸੀਂ ਸਿਟੀਜ਼ਨਸ਼ਿਪ ਲੈਣੀ ਆ ਉੱਥੇ ਜੀ। ਨਹੀਂ ਕੰਮ ਸੀਗਾ ਨਾ ਸਾਨੂੰ, ਅਸੀਂ ਉਹਨਾਂ ਦੀ ਟਿਕਟਾਂ ਟੁਕਟਾਂ ਕਰਾਈਆਂ ਸੀਗੀਆਂ ਅਤੇ ਬਸ 12 ਦਿਨਾਂ ਲਈ ਆਏ। ਤੁਹਾਡੇ ਨਾਲ ਪ੍ਰੈਂਕ ਕਰਦੇ ਸੀ, ਤੁਹਾਡਾ ਰਿਐਕਸ਼ਨ ਦੇਖਦੇ ਵੀ ਕੀ ਕਹਿੰਦੇ, ਕਿਤੇ ਗਾਲਾਂ ਤਾਂ ਨਹੀਂ ਕੱਢਦੇ। ਸਿਰਫ 12 ਦਿਨਾਂ ਲਈ ਆਏ ਸੀ ਬਸ। ਦਿਮਾਗ ਨੂੰ ਹਿੱਲ ਗਿਆ, ਸੇਮ ਸੇਮ ਚੀਜ਼ਾਂ ਮੰਗਾਉਣ ਲੱਗ ਗਈ ਤੂੰ। ਆਪਕੋ ਕੁਛ ਬਤਾਨਾ ਥਾ? ਅਸੀਂ ਤਾਂ ਸਿਰਫ 12 ਦਿਨਾਂ ਲਈ ਆਏ ਸੀਗੇ। ਉਹ ਮੇਰੇ ਫਿਰ ਹੁਣ ਫਿਰ ਮੈਂ ਵੀ ਤੁਹਾਡੇ ਨਾਲ ਹੀ ਦੱਸਣਾ। ਠੀਕ ਹੈ, ਉਰੇ ਮੈਂ ਗਰਮੀ ਨਹੀਂ ਘਟਦਾ। ਗਰਮੀ ਨਹੀਂ ਘਟ ਸਕਦੇ, ਚਲੀ ਕਿਨੂੰ? ਤੁਸੀਂ ਪੱਕੇ ਨਹੀਂ ਆਏ ਵਾ, ਤੁਹਾਨੂੰ ਕਿਵੇਂ ਲੱਗ ਰਿਹਾ? ਕਿਉਂ ਲੱਗ ਰਿਹਾ ਸਾਡੇ ਵੱਲੋਂ ਥੋੜੇ ਦਿਨਾਂ ਵਾਸਤੇ ਆਏ ਹੋ, ਤੁਹਾਨੂੰ ਕੀ ਪਤਾ? ਫੈਵਰੇ 12 ਕੁ ਦਿਨਾਂ ਲਈ ਆਏ। ਟਿਕਟਾਂ ਟੁਕਟਾਂ ਦੇ ਦੀਆਂ ਵਾ, ਚਲੋ ਨਾਲ ਚੱਲੋ।